ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਇੱਕ ਵਿਸ਼ੇਸ਼ ਨਾਕਾਬੰਦੀ ਦੌਰਾਨ ਬਲੈਰੋ ਗੱਡੀ ਚਾਲਕ ਨੂੰ 300 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ। ਫੜਿਆ ਗਿਆ ਵਿਅਕਤੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਤੇ ਉਸਦਾ ਨਾਮ ਰਾਜੇਸ਼ ਕੁਮਾਰ ਉਰਫ ਬੰਟੀ ਦੱਸਿਆ ਜਾ ਰਿਹਾ ਹੈ। ਫਿਲਹਾਲ ਫੜੇ ਗਏ ਆਰੋਪੀ ਤੇ ਪੁਲਿਸ ਨੇ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। DSP ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਰਿਮਾਂਡ ਤੋਂ ਬਾਅਦ ਆਰੋਪੀ ਦੇ ਹੋਰ ਸਾਥੀਆਂ ਦੇ ਬਾਰੇ ਪਤਾ ਲਗਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਆਇਆ ਸੀਗਾ ਤਰਖਾਣ ਮਾਜਰੇ ਮੋੜ ਤੇ, ਇਹਨਾਂ ਨੂੰ ਉੱਥੇ ਇਨਫੋਰਮੇਸ਼ਨ ਮਿਲੀ ਵੀ ਇੱਕ ਬਲੈਰੋ ਗੱਡੀ ਹੈ PB23CS5947, ਇਹਦੇ ਵਿੱਚ ਜਿਹੜੀ ਹੈਗੀ ਹੈ 2 ਨੰਬਰ ਦੇ ਵਿੱਚ ਸ਼ਰਾਬ ਜਾ ਰਹੀ ਹੈ। ਜਿਹੜੀ ਇਨਫੋਰਮੇਸ਼ਨ ਦੇ ਇਹਨਾਂ ਨੇ ਜਿਹੜੀ ਉਹ ਗੱਡੀ ਰੋਕ ਕੇ ਜਿਹਦੇ ਉੱਪਰ ਤਰਪਾਲ ਪਾਈ ਹੋਈ ਸੀ ਚੈੱਕ ਕੀਤੀ ਅਤੇ ਉਹਦੇ ਵਿੱਚ 300 ਜਿਹੜੀ ਸ਼ਰਾਬ ਦੀ ਪੇਟੀ ਰਸੀਲਾ ਸੰਤਰਾ ਇਹ ਸੀਗੀ, ਜਿਹਦੇ ਵਿੱਚ ਜਿਹੜਾ ਡਰਾਈਵਰ ਰਾਜੇਸ਼ ਕੁਮਾਰ ਉਸ ਬੰਡੀ ਇਹ ਇਸ ਬਾਰੇ ਕੋਈ ਲਸੰਸ ਜਾਂ ਕੋਈ ਕਾਗਜ਼ ਪੱਤਰ ਪੇਸ਼ ਨਹੀਂ ਕਰ ਸਕਿਆ, ਜਿਹਦੇ ਸੰਬੰਧ ਦੇ ਵਿੱਚ ਥਾਣਾ ਸਰਹੰਦ ਦੇ ਵਿੱਚ ਮੁਕਦਮਾ ਨੰਬਰ 237 ਡਰਾਈਵਰ ਦੇ ਖਿਲਾਫ ਦਰਜ ਕੀਤਾ ਗਿਆ। ਜਿਹੜੀ ਤਫਤੀਸ਼ ਅੱਗੇ ਚੱਲ ਰਹੀ ਹੈ। ਕੁਛ ਪਤਾ ਲੱਗਿਆ ਜੀ ਕਿੱਥੋਂ ਆ ਰਹੀ ਜੀ, ਕਿੱਥੇ ਜਾ ਰਹੀ ਜੀ? ਕਰ ਰਹੇ ਪਹਿਲਾਂ ਤਾਂ ਨਹੀਂ ਇੱਥੇ ਕੋਈ ਪਰਚਾ ਕੋਈ ਇੱਥੇ ਲੈ ਜਾਣ ਦਾ, ਕਰ ਰਹੇ ਇੱਥੇ ਤੁਸੀਂ ਦੇਖ ਰਹੇ ਚੰਡੀਗੜ੍ਹ ਕਿਤੇ ਹੋਰ ਸਟੇਟ ਤੋਂ ਆ ਰਹੀ ਸੀ ਜਾਂ ਲੋਕਲੀ ਸੀ? ਨਹੀਂ ਨਹੀਂ ਪੰਜਾਬ ਦੀ ਬਣੀ ਹੈ। ਪੰਜਾਬ ਦੀ ਪੰਜਾਬ 'ਚ ਸਪਲਾਈ ਹੋ ਰਹੀ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਹਾਦੁਰ ਟਿਵਾਣਾ ਦੀ ਰਿਪੋਰਟ।